ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਹਾਂ ਜੀ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਹਾਂ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੀ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਦੇ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਬਾਦਿਆਂ ਜੀ ਅੱਜ ਦੀ ਪਹਿਲੀ ਵੱਡੀ ਖਬਰ ਦੇ ਬੱਲ ਜਥੇਦਾਰ ਦੇ ਇਨਕਾਰ ਤੋਂ ਬਾਅਦ ਵੀ ਸੁਰੱਖਿਆ ਦੇ ਵਿੱਚ ਲੱਗੀ ਜੈਡ ਸਕਿਉਰਿਟੀ ਜੀ ਹਾਂ ਦੋਸਤੋ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਇਨਕਾਰ ਤੋਂ ਬਾਅਦ ਵੀ ਕੇਂਦਰ ਸਰਕਾਰ ਨੇ ਜੈਡ ਸੁਰੱਖਿਆ ਦੇ ਦਿੰਦੀ ਹੈ ਕੇਂਦਰ ਨੇ ਜੈਡ ਸੁਰੱਖਿਆ ਦਿੰਦੇ ਹੋਏ ਪਹਿਲੇ 6 ਸੁਰੱਖਿਆ ਮੁਲਾਜ਼ਮ ਤਾਇਨਾਤ ਕਰ ਦਿੱਤੇ ਹਨ ਤੇ ਇਹਦੇ ਨਾਲ ਹੀ ਹੋਰ ਸੁਰੱਖਿਆ ਮੁਲਾਜ਼ਮ ਵੀ ਜਲਦ ਹੀ ਉਹਨਾਂ ਦੇ ਸੁਰੱਖਿਆ ਕਾਫਲੇ ਦੇ ਵਿੱਚ ਸ਼ਾਮਲ ਹੋਣਗੇ ਤੇ ਐਸ ਸੁਰੱਖਿਆ ਟੀਮ ਦੇ ਵਿੱਚ CRPF ਦਾ ਇੱਕ ਹੈੱਡ ਕਨਸਟੇਬਲ ਚਾਰ ਕਾਂਸਟੇਬਲ ਅਤੇ ਇੱਕ ਡਰਾਈਵਰ ਸ਼ਾਮਲ ਹੈ ਇਲੈਕਟ੍ਰਿਕ ਕਾਰਾਂ ਅਤੇ ਸਕੂਟਰ ਤੋਂ ਬਾਅਦ ਹੁਣ ਜਲਦ ਲਾਂਚ ਕੀਤੇ ਜਾਣਗੇ ਇਲੈਕਟ੍ਰਿਕ ਟਰੈਕਟਰ ਅਤੇ ਟਰੱਕ ਕੇਂਦਰੀ ਮੰਤਰੀ ਨਿਤਨਾ ਗਟਕਰੀ ਨੇ ਕੀਤਾ ਐਲਾਨ ਤਾਂ ਦੋਸਤੋ ਕੇਂਦਰੀ ਮੰਤਰੀ ਨਿਤਨਾ ਗਟਕਰੀ ਨੇ ਸ਼ਨੀਵਾਰ ਨੂੰ ਇਥਨੋਲ ਵਰਗੇ ਵਿਕਲਪਕ ਈਧਨ ਦੀ ਵਰਤੋਂ ਤੇ ਜ਼ੋਰ ਦਿੱਤਾ ਅਤੇ ਕਿਹਾ ਹੈ ਕਿ ਉਸਾਰੀ ਅਤੇ ਖੇਤੀਬਾੜੀ ਉਪਕਰਨਾਂ ਦੇ ਵਿੱਚ ਇਥਨੋਲ ਨੂੰ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਨਿਤਨਾ ਗਟਕਰੀ ਮਹਾਰਾਸ਼ਟਰ ਦੇ ਪੂਨੇ ਦੇ ਵਿੱਚ ਵਾ ਸੰਤ ਦਾਦਾ 슈ਗਰ ਇੰਸਟੀਚੂਟ ਦੇ ਵੱਲੋਂ আয়োজিত ਰਾਜਪ트ਰੀ 슈ਗਰ ਕਾਨਫਰੰਸ 2022 ਦੇ ਵਿੱਚ ਇਹ ਬਿਆਨ ਦਿੱਤਾ। ਇਹ ਦਰਾਨਾ ਉਹਨਾਂ ਨੇ ਕਹਿ ਕੇ ਇਥਨੋਲ ਅਤੇ ਮੀਥਨੋਲ ਵਰਗੇ ਵਿਕਲਪਕ ਇਧਨ ਦੇ ਨਾਲ ਇਲੈਕਟ੍ਰਿਕ ਪਵਹਿਕਾ ਤੇ ਮੈਨੂੰ ਯਾਦ ਹੈ ਕਿ ਜਦੋਂ ਮੈਂ 3 ਸਾਲ ਪਹਿਲਾਂ ਵੀ ਈ ਬਹਨਾ ਬਾਰੇ ਗੱਲ ਕਰਦਾ ਸੀ ਤਾਂ ਲੋਕ ਮੈਨੂੰ ਸਵਾਲ ਕਰਦੇ ਸੀ ਪਰ ਹੁਣ ਦੇਖੋ ਇਹ ਬਨਦੀ ਮੰਗ ਬਹੁਤ ਹੈ ਤੇ ਲੋਕ ਅੜੀ ਕਰ ਰਹੇ ਹਨ ਤੇ ਇਲੈਕਟ੍ਰਿਕ ਸਕੂਟਰਾਂ ਇਲੈਕਟ੍ਰਿਕ ਕਾਰਾਂ ਇਲੈਕਟ੍ਰਿਕ ਵਾਹਸਾ ਤੋਂ ਬਾਅਦ ਮੈਂ ਜਲਦੀ ਹੀ ਇਲੈਕਟ੍ਰਿਕ ਟਰੈਕਟਰ ਅਤੇ ਟਰੱਕ ਲਾਂਚ ਕਰਾਂਗਾ ਪੰਜਾਬ ਦੇ ਵਿੱਚ 45 ਗੈਂਗਸਟਰ ਸਰਗਰਮ ਗਾਇਕਾਂ ਅਤੇ ਅਭਿਨੇਤਾਵਾਂ ਤੋਂ ਲੈ ਚੁੱਕੇ ਹਨ 10-10 ਲੱਖ ਦੀ ਰੰਗਦਾਰੀ ਜੀहां ਦੋਸਤੋ ਪੰਜਾਬ ਪੁਲਿਸ ਦਾ ਅਨੁਮਾਨ ਹੈ ਕਿ ਸੂਬੇ ਦੇ ਵਿੱਚ ਘੱਟੋ-ਘੱਟ 45 ਗੈਂਗਸਟਰ ਸਰਗਰਮ ਹਨ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਭਾਰਤ ਤੇ ਵਿਦੇਸ਼ ਦੇ ਵਿੱਚ ਬੈਠੇ ਗੈਂਗਸਟਰਾਂ ਕੰਟਰੈਕਟ ਕਿਲਿੰਗ ਦੇ ਲਈ ਨੌਜਵਾਨਾਂ ਨੂੰ ਕੰਮ ਤੇ ਰੱਖ ਰਹੇ ਹਨ ਤੇ ਇਸ ਤੋਂ ਇਲਾਵਾ ਗੈਂਗਸਟਰਾਂ ਦੇ ਅੰਤਰਰਾਜੀ ਸਬੰਧ ਪੁਲਿਸ ਦੇ ਲਈ ਸਿਰਦਰਦ ਸਾਬਤ ਹੋ ਰਹੇ ਹਨ ਪੁਲਿਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਘੱਟੋ ਘਾਟੇ 6 ਪੰਜਾਬੀ ਗਾਇਕਾਂ ਤੇ ਅਭਿਨੇਤਾਵਾਂ ਨੇ ਇਨ੍ਹਾਂ ਗੈਂਗਸਟਰਾਂ ਨੂੰ 2 ਮਹੀਨਿਆਂ ਦੇ ਵਿੱਚ 10-10 ਲੱਖ ਰੁਪਏ ਦੀ ਸੁਰੱਖਿਆ ਰਾਸ਼ੀ ਦਾ ਭੁਗਤਾਨ ਕੀਤਾ ਹੈ ਤੇ ਇਹਨਾਂ ਖਬਰਾਂ ਤੋਂ ਹੱਕਾ ਬੱਕੀ ਪੁਲਿਸ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ ਤਾਂ ਜੋ ਇਨ੍ਹਾਂ ਗੈਂਗਸਟਰਾਂ ਦੀਆਂ ਸਰਗਰਮੀਆਂ ਬਾਰੇ ਨਵੇਂ ਸੁਰ조 ਜਾਂਚ ਕਰੇਗੀ ਸਿੱਧੂ ਮੂਸੇਵਾਲਾ ਮਾਮਲਾ ਹਾਈ ਕੋਰਟ ਨੇ ਕੇਸ ਦੀ ਜਾਂਚ ਸਟਿੰਗ ਜੱਜ ਤੋਂ ਕਰਵਾਉਣ ਤੋਂ ਕੀਤਾ ਇਨਕਾਰ ਤਾਂ ਦੋਸਤੋ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਹਾਈ ਕੋਰਟ ਦੇ ਸਟਿੰਗ ਜੱਜ ਨਹੀਂ ਕਰਨਗੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਤੋਂ ਇਨਕਾਰ ਕੀਤਾ ਹੈ ਤੇ ਮੂਸੇਵਾਲਾ ਦੇ ਪਿਤਾ ਦੀ ਬੰਗ ਤੇ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਰਜਿਸਟਰਾਰ ਨੂੰ ਪੱਤਰ ਭੇਜਿਆ ਸੀ ਸਰਕਾਰ ਨੂੰ ਦਿੱਤੇ ਜਵਾਬ ਦੇ ਵਿੱਚ ਕਿਹਾ ਗਿਆ ਹੈ ਕਿ ਅਜੇ ਹਾਲ ਪਹਿਲਾ ਕਦੇ ਨਹੀਂ ਹੋਇਆ ਕਿ ਹਾਈ ਕੋਰਟ ਅਜਿਹੇ ਮਾਮਲੇ ਦੇ ਵਿੱਚ ਕਿਸ ਸਟਿੰਗਰ ਜੱਜ ਨੂੰ ਜਾਂਚ ਕਰਨ ਦੇ ਲਈ ਕਿਹਾ ਪਿੰਡੂ ਵਿਕਾਸ ਵਿਭਾਗ ਬੋਲੀ ਨਾ ਹੋਣ ਦੀ ਸੂਰਤ ਦੇ ਵਿੱਚ ਬਾਹੀਯੋਗ ਸ਼ਾਮਲਾਟ ਜ਼ਮੀਨਾਂ ਤੇ ਖੁਦ ਖੇਤੀ ਕਰੇਗਾ ਕੁਲਦੀਪ ਸਿੰਘ ਢਾਲੀਬਾਲ ਤਾਂ ਦੋਸਤੋ ਪਿੰਡੂ ਵਿਕਾਸ ਵਿਭਾਗ ਦੇ ਵੱਲੋਂ ਸਾਲਾਨਾ ਖੁੱਲੀ ਬੋਲੀ ਦੇ ਰਾਹੀਂ ਠੇਕੇ ਤੇ ਚੜਨ ਵਾਲੀਆਂ ਪੰਚਾਇਤੀ ਜ਼ਮੀਨਾਂ ਬਾਰੇ ਅਹਿਮ ਫੈਸਲਾ ਲਿਆ ਗਿਆ ਹੈ ਕੱਲ ਇਥੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰਾਂ ਦੇ ਨਾਲ ਮੀਟਿੰਗ ਦੇ ਦੌਰਾਨ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਢਾਲੀਬਾਲ ਨੇ ਅਹਿਮ ਐਲਾਨ ਕਰਦੇ ਆ ਕਿ ਆ ਕਿ ਖੁੱਲੀ ਬੋਲੀ ਦੇ ਰਾਹੀਂ ਠੇਕੇ ਤੇ ਨਾ ਚੜਨ ਵਾਲੀਆਂ ਬਾਹੀ ਜੋਗ ਸ਼ਾਮਲਾਟ ਜ਼ਮੀਨਾਂ ਤੇ ਪਿੰਡੂ ਵਿਕਾਸ ਵਿਭਾਗ ਦੇ ਵੱਲੋਂ ਖੁਦ ਖੇਤੀ ਕਰਵਾਈ ਜਾਵੇਗੀ ਤੇ ਉਹਨਾਂ ਨੇ ਕਿਹਾ ਹੈ ਕਿ ਇਹ ਫੈਸਲਾ ਕੁਝ ਲੋਕਾਂ ਦੇ ਵੱਲੋਂ ਜਾਣਬੁੱਝ ਕੇ ਤੈ ਰੇਟ ਦੇ ਨਾਲੋਂ ਘੱਟ ਰੇਟ ਤੇ ਸ਼ਾਮਲਾਟ ਜ਼ਮੀਨਾਂ ਨੂੰ ਠੇਕੇ ਤੇ ਲੈਣ ਦੀ ਪ੍ਰਕਿਰਿਆ ਨੂੰ ਠੱਲ ਪਾਉਣ ਦੇ ਲਈ ਲਿਆ ਗਿਆ ਹੈ ਗੱਲ ਕਰਨ ਨਹੀਂ ਮੇਰੇ ਘਰ ਮਖੌਲ ਕਰਨ ਆਏ ਸਨ ਸੁਖਵੀਰ ਸਿੰਘ ਬਾਦਲਹੋਰੀ ਸਿਮਰਨਜੀਤ ਸਿੰਘ ਮਾਨ ਤਾਂ ਦੋਸਤੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਹਰਜਿੰਦਰ ਸਿੰਘ ਧਾਮੀ ਅਤੇ ਹਰਨਾਮ ਸਿੰਘ ਧੂਮਾ ਆਪਣੇ ਪ੍ਰਧਾਨਕੀਆਂ ਦੇ ਅਹੁਦੇ ਛੱਡ ਕੇ ਬੰਦੀ ਸਿੰਘਾਂ ਨੂੰ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਨ੍ਹਾਂ ਅਹੁਦਿਆਂ ਦੇ ਉੱਤੇ ਬਿਠਾ ਦੇਣ ਤੇ ਉਹਨਾਂ ਨੇ ਕਿਹਾ ਹੈ ਕਿ ਸੁਖਬੀਰ ਹੋਰੀ ਉਹਨਾਂ ਦੇ ਘਰ ਕੇ ਇਸੇ ਮੁੱਦੇ ਦੇ ਉੱਤੇ ਗੱਲ ਕਰਨ ਦੀ ਥਾਮ ਖੋਲ ਕਰਨ ਆਏ ਸਨ ਸਰਦਾਰ ਮਾਨ ਨੇ ਕਿਹਾ ਹੈ ਕਿ ਕੋਝ ਲੋਕਾ ਚਾਹੁੰਦੇ ਹਨ ਕਿ ਸਮਰਨਜੀਤ ਸਿੰਘ ਮਾਨ ਦੇਹ ਦੀ ਸੰਸਦ ਦੇ ਵਿੱਚ ਨਾ ਪਹੁੰਚ ਸਕੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੋਣਾਂ ਲੜਨ ਤੋਂ ਕੀਤਾ ਇਨਕਾਰ ਸਿੱਧੂ ਨੂੰ ਚੋਣ ਵਾਲਿਆਂ ਨੂੰ ਕੀਤੀ ਖਾਸ ਅਪੀਲ ਜਾਣੋ ਕੀ ਕੀ ਬੋਲੇ ਤਾਂ ਦੋਸਤੋ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਤੇ ਮੂਸੇਵਾਲਾ ਦੇ YouTube ਚੈਨਲ ਤੇ ਜਾਰੀ ਕੀਤੇ ਗਏ ਵੀਡੀਓ ਦੇ ਵਿੱਚ ਉਹਨਾਂ ਨੇ ਮੂਸੇਵਾਲਾ ਦੇ ਫੈਨਸ ਨੂੰ ਖਾਸ ਅਪੀਲ ਵੀ ਕੀਤੀ ਹੈ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਹਾਲੇ ਮੇਰੇ ਪੁੱਤ ਦਾ ਸੇਵਾ ਵੀ ਠੰਡਾ ਨਹੀਂ ਹੋਇਆ ਤੇ ਮੇਰਾ ਇਲੈਕਸ਼ਨ ਦਾ ਮਨ ਨਹੀਂ ਹੈ ਉਨਾੜੇ ਮੂਸੇਵਾਲਾ ਨੂੰ ਚਾਉਣ ਵਾਲਿਆਂ ਨੂੰ ਭੋਗ ਤੇ ਪਹੁੰਚਣ ਦੀ ਖਾਸ ਅਪੀਲ ਕੀਤੀ ਹੈ ਤੇ ਮੂਸੇਵਾਲਾ ਦਾ ਭੋਗ 8 ਜੂਨ ਨੂੰ ਮਾਨਸਾ ਦੀ ਅਨਾਜ ਮੰਡੀ ਦੇ ਵਿੱਚ ਹੋਵੇਗਾ ਕਲੂਕਾਰਾ ਦੇਪਸ ਤੋਂ ਪਹਿਲਾਂ ਅੱਜ ਦਲ ਖਾਲਸਾ ਅੰਮ੍ਰਿਤਸਰ ਦੇ ਵਿੱਚ ਕੱਢੇਗਾ ਆਜ਼ਾਦੀ ਮਾਰਚ ਸ਼ਹਿਰ ਦੇ ਚੱਪੇ-ਚੱਪੇ ਤੇ ਪੁਲਿਸ ਤੈਨਾਤ ਜੀ ਹਾਂ ਦੋਸਤੋ 1984 ਕਲੂਕਾਰਾ ਦੇਪਸ ਦੀ ਵਰ੍ਹੇਸਵੀ ਦੇ ਮੌਕੇ ਤੇ ਅੱਜ ਦਲ ਖਾਲਸਾ ਦੇ ਵੱਲੋਂ ਆਜ਼ਾਦੀ ਮਾਰਚ ਕੱਟਣ ਦਾ ਐਲਾਨ ਵੀ ਕੀਤਾ ਗਿਆ ਹੈ ਅੰਮ੍ਰਿਤਸਰ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੱਕ ਇਹ ਮਾਰਚ ਕਟੰਦ ਦਾ ਐਲਾਨ ਕੀਤਾ ਗਿਆ ਤੇ ਜਸ ਨੂੰ ਲੈ ਕੇ ਪਹਿਲਾਂ ਹੀ ਥਾਂ-ਥਾਂ ਤੇ ਪੋਸਟਰ ਲਗਾਏ ਗਏ ਸੀ ਦਲ ਖਾਲਸਾ ਦੇ ਆਗੂ ਕੰਬਰਪਾਲ ਸਿੰਘਾ ਬਿੱਟੂ ਦੇ ਬੁਲਾਰੇ ਪਰਮਜੀਤ ਸਿੰਘ ਮੰਡਰ ਨੇ ਦੱਸਿਆ ਹੈ ਕਿ 5 ਜੂਨ ਨੂੰ ਕੱਢਿਆ ਜਾਣ ਵਾਲਾ ਮਾਰਚ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਮਕਸਦ 1984 ਜੂਨ ਦੇ ਸ਼ਹੀਦਾਂ ਨੂੰ ਯਾਦ ਕਰਨਾ ਤੇ ਸ਼ਾਂਤਮਈ ਢੰਗ ਦੇ ਨਾਲ ਰੋਸ ਪ੍ਰਗਟਾਉਣਾ ਹੈ ਉਤਈ ਵਲਕੇ ਯਾਨੀ 6 ਜੂਨ ਨੂੰ ਸ਼ਹਿਰ ਮੁਕੰਮਲ ਤੌਰ ਤੇ ਬੰਦ ਕਰਨ ਦਾ ਵੀ ਸੱਦਾ ਦਿੱਤਾ ਗਿਆ ਤੇ ਵਰਸੀ ਦੇ ਮੌਕੇ ਤੇ ਮਤੇ ਨਜ਼ਰ ਸ਼ਹਿਰ ਦੇ ਚੱਪੇ-ਚੱਪੇ ਤੇ ਪਹਿਲਾਂ ਹੀ ਪੁਲਿਸ ਤੈਨਾਤ ਕੀਤੀ ਗਿਆ ਉੱਥੇ ਦਲ ਖਾਲਸਾ ਦੇ ਬੰਦ ਦੇ ਸੱਦੇ ਦੇ ਮਗਰੋਂ ਮਸਤੈਦੀ ਹੋਰ ਵੀ ਵਧਾ ਦਿੱਤੀ ਗਿਆ ਤੇ ਹਰ ਆਉਣ ਜਾਣ ਵਾਲੇ ਤੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਨਸ ਕਾਮੀ ਘਟਨਾ ਨਾ ਵਾਪਰ ਸਕੇ ਕਨੇਡਾ ਦੇ ਵਿੱਚ 10 ਲੱਖ ਤੋਂ ਵੱਧ ਵੈਕੈਂਸੀ ਇੱਥੇ ਕਲਿੱਕ ਕਰਕੇ ਜਾਣੋ ਹੋਰ ਜਾਣਕਾਰੀ ਯਾ ਦੋਸਤੋ ਵਿਦੇਸ਼ਾਂ ਵਿੱਚ ਨੌਕਰੀਆਂ ਦੀ ਤਲਾਸ਼ ਕਰ ਰਹੇ ਉਮੀਦਵਾਰਾਂ ਦੇ ਲਈ ਬਹੁਤ ਚੰਗੀ ਖਬਰ ਸਾਹਮਣੇ ਆਈ ਹੈ ਕੈਨੇਡਾ ਦੇ ਵਿੱਚ 10 ਲੱਖ ਤੋਂ ਵੱਧ ਖਾਲੀ ਅਸਾਮੀਆਂ ਤੇ ਜਲਦ ਹੀ ਭਰਤੀ ਕੀਤੀ ਜਾਵੇਗੀ ਇੱਕ ਰਿਪੋਰਟ ਦੇ ਮੁਤਾਬਕ ਮਾਰਚ ਦੇ ਵਿੱਚ ਕੈਨੇਡਾ ਵਿੱਚ ਖਾਲੀ ਅਸਾਮੀਆਂ ਦੀ ਕੁੱਲ ਗਿਣਤੀ 1012900 ਦੇ ਰਿਕਾਰਡ ਉੱਚ ਪੱਧਰ ਤੇ ਪਹੁੰਚ ਗਈ ਹੈ ਜੋ ਕਿ ਸਤੰਬਰ 2021 ਦੇ ਵਿੱਚ 988300 ਤੇ ਪਿਛਲੇ ਰਿਕਾਰਡ ਨਾਲੋਂ ਬਹੁਤ ਜ਼ਿਆਦਾ ਹੈ ਕੈਨੇਡੀਅਨ ਪ੍ਰਾਂਤਾਂ ਨੋਵਾ ਸਕੋਸ਼ੀਆ ਮੈਨੀਟੋਬਾ ਸੱਚ ਕੈਚ ਬੈਨ ਅਤੇ ਬ੍ਰੇਟਸ ਕਲੰਬੀਆ ਦੇ ਵਿੱਚ ਆ ਅਸਾਮਾ ਰਿਕਾਰਡ ਉਚਾਈ ਤੱਕ ਪਹੁੰਚ ਗਈਆਂ ਹਨ ਤੇ ਜ਼ਿਆਦਾਤਰ ਅਸਾਮਾ ਹਸਪੀਟੈਲਟੀ ਰਿਟੇਲ ਸਿਹਤ ਸੰਭਾਲ ਅਤੇ ਸਮਾਜਿਕ ਮਦਦ ਦੇ ਖੇਤਰ ਦੇ ਵਿੱਚ ਦੇਖਣ ਨੂੰ ਮਿਲੀਆਂ ਹਨ ਜਿਹੜੇ ਉਮੀਦਵਾਰ ਇਸ ਮੌਕੇ ਦੀ ਤਲਾਹ ਦੇ ਵਿੱਚ ਹਨ ਤੇ ਉਹ ਸਾਰੀ ਜਾਣਕਾਰੀ ਚੰਗੀ ਤਰ੍ਹਾਂ ਲੈ ਕੇ ਹੀ ਅਪਲਾਈ ਕਰ ਸਕਦੇ ਹਨ ਰਾਜਵਾਨਾਂ ਦੀ ਭੈਣ ਲੜੇਗੀ ਸੰਗਰੂਰ ਤੋਂ ਚੋਣ ਅਕਾਲੀ ਦਲ ਨੇ ਬੀਬੀ ਕਮਲਦੀਪ ਕੌਰ ਨੂੰ ਐਲਾਨਿਆ ਉਮੀਦਵਾਰ ਤਾਂ ਦੋਸਤੋ ਸ਼੍ਰੋਮਣੀ ਅਕਾਲੀ ਦਲ ਨੇ ਸਨੇਚਰ ਬਾਰ ਨੂੰ ਬੀਬੀ ਕਮਲਦੀਪ ਕੌਰ ਰਾਜਵਾਨਾ ਨੂੰ ਸੰਗਰੂਰ ਲੋਕ ਸਭਾ ਹਲਕੇ ਦੀ ਜਿਮਣੀ ਚੋਣ ਦੇ ਲਈ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੇ ਸਾਰੀਆਂ ਪੰਥਕ ਜਥੇਬੰਦੀਆਂ ਦਾ ਸਾਂਝਾ ਉਮੀਦਵਾਰ ਐਲਾਨ ਦਿੱਤਾ ਹੈ ਇਸ ਬਾਰੇ ਵਿੱਚ ਫੈਸਲਾ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਵਸਪਾ ਲੀਡਰਸ਼ਿਪ ਸੰਤ ਸਮਾਜ ਅਤੇ ਬੰਦੀ ਸੈਖ ਰਿਹਾਈ ਕਮੇਟੀ ਸਮੇਤ ਸਾਰੀਆਂ ਪੰਥਕ ਧਿਰਾਂ ਦੇ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਲਿਆ BKU ਅਗਰਾਹਾ ਦੇ ਵੱਲੋਂ 6 ਤੋਂ 10 ਜੂਨ ਤੱਕ ਪੰਜਾਬਪੁਰ ਦੇ ਵਿੱਚ ਪਿੰਡ ਪਿੰਡ ਆ ਪੱਕੇ ਧਰਨੇ ਲਾਉਣ ਦਾ ਐਲਾਨ ਜੀ ਹਾਂ ਦੋਸਤੋ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਦੇ ਬਲਾਕਾ ਭਵਾਨੀਗੜ੍ਹ ਦੀ ਮੀਟਿੰਗ ਗੁਰਦੁਆਰਾ ਨੌਮੀ ਪਾਰਸ਼ਾਹੀ ਸੁਨਾਮ ਰੋਡ ਪਿੰਡ ਫੱਗੂ ਵਾਲਾ ਵਿਖੇ ਬਲਾਕ ਦੀ ਮੀਟਿੰਗ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਪ੍ਰਧਾਨਗੀ ਦੇ ਹੇਠ ਕੀਤੀ ਗਈ ਜਿਹਦੇ ਵਿੱਚ ਬਲਾਕ ਆਗੂ ਹਰਜਿੰਦਰ ਸਿੰਘ ਕਰਾਚੋ ਬਲਵਿੰਦਰ ਸਿੰਘ ਕਨੌੜ ਕਰਮਚੰਦ ਪੰਮਾ ਲਾਡੀ ਪਖੋ ਪੀਰ ਚਮਕੌਰ ਸਿੰਘ ਲੱਡੀ ਹਰਜੀਤ ਸਿੰਘ ਮਹਿਲਾ ਜਗਤਾਰ ਸਿੰਘ ਲੱਡੀ ਪ੍ਰਮੁੱਖ ਆਗੂ ਸ਼ਾਮਲ ਹੋਏ ਇਹ ਜਾਣਕਾਰ ਦਿੰਦਿਆ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਅਕਰਾਚੋ ਨੇ ਦੱਸਿਆ ਕਿ ਧਰਤੀ ਹੇਟਲੇ ਪਾਣੀ ਦੇ ਬਚਾਓ ਅਤੇ ਬਿਜਲੀ ਦੀ ਕਇਲਤ ਦੇ ਮੱਦੇਨਜ਼ਰ ਝੋਨੇ ਦੀ ਬਿਜਾਈ ਬਾਰੇ ਪੰਜਾਬ ਭਰ ਦੇ ਵਿੱਚ ਚਲਾਈ ਗਈ ਜਾਗਰੂਕਤੀ ਮੁਹਿੰਮ ਦੇ ਅਖੀਰ ਤੇ 6 ਤੋਂ 10 ਜੂਨ ਤੱਕ ਪੰਜਾਬ ਭਰ ਦੇ ਵਿੱਚ ਪਿੰਡ-ਪਿੰਡ ਪਾਣੀ ਦੀਆਂ ਟੈਂਕੀਆਂ ਜਾਂ ਹੋਰਨਾਂ ਸਾਂਝੀਆਂ ਥਾਵਾਂ ਤੇ ਪੱਕਾ 5 ਰੋਜ਼ਾ ਧਰਨੇ ਲਗਾਏ ਜਾਣਗੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਤਾਂ ਦੋਸਤੋ ਮਰਹੂਮਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਇੱਥੇ ਚੰਡੀਗੜ੍ਹ ਵਿਖੇ ਦੇਖ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਪਰਿਵਾਰ ਇਸ ਮੁਲਾਕਾਤ ਦੇ ਲਈ ਆਪਣੇ ਮਾਨਸਾ ਨੇੜੇ ਪਿੰਡ ਮੂਸਾ ਤੋਂ ਚੰਡੀਗੜ੍ਹ ਪਹੁੰਚਿਆ ਸੀ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਹੈ ਕਿ ਉਹਨਾਂ ਦੇ ਪੁੱਤਰ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਕਾਤਲਾ ਨੂੰ ਫੜਨ ਦੇ ਵਿੱਚ ਕੇਂਦਰ ਸਰਕਾਰ ਮਦਦ ਕਰੇ ਤੇ ਪਰਿਵਾਰ ਦੇ ਵਿੱਚ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਮਾਤਾ ਚਾਰਨਕੌਰ ਅਤੇ ਹੋਰ ਨਜ਼ਦੀਕੀ ਰਿਸ਼ਤੇਦਾਰ ਵੀ ਸ਼ਾਮਲ ਸਨ ਇਸ ਤੋਂ ਪਹਿਲਾਂ ਪਰਿਵਾਰ ਦੇ ਵੱਲੋਂ ਅਮਿਤ ਸ਼ਾਹ ਨੂੰ ਪੱਤਰ ਭੇਜ ਕੇ ਉਹਨਾਂ ਦੇ ਨੌਜਵਾਨ ਪੁੱਤਰ ਦੇ ਕਤਲ ਦੀ ਪੜਤਾਲ ਕਿਸੇ ਕੇਂਦਰੀ ਏਜੰਸੀ ਤੋਂ ਕਰਵਾਉਣ ਦੀ ਮੰਗ ਕੀਤੀ ਗਈ ਸੀ ਇਸ ਮੰਗ ਦੇ ਲਈ ਪੱਤਰ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ਿਕਾਇਤ ਦੇ ਰਾਹੀਂ ਅਸੋ ਵੇਲੇ ਪੇਜਾ ਗਿਆ ਸੀ ਜਦੋਂ ਉਹ ਦੋ ਦਿਨ ਪਹਿਲਾ ਸਿੱਧੂ ਮੂਸੇਵਾਲੇ ਦੇ ਕਾਰ ਦੁੱਖ ਪ੍ਰਗਟ ਕਰਨ ਦੇ ਲਈ ਗਏ ਸਨ ਐਸ ਪਰਿਵਾਰ ਨੂੰ ਕੱਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਾਤਲਾ ਨੂੰ ਫੜਨ ਦੇ ਲਈ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦਾ ਸੱਥਰ ਉੱਤੇ ਬੈਠ ਕੇ ਭਰੋਸਾ ਦੇ ਕੇ ਗਏ ਸਨ ਆਰਬੀ ਨੇ ਪੰਜਾਬ ਐਂਡ ਸਿੰਧ ਬੈਂਕ ਤੇ ਕੀਤੀ ਵੱਡੀ ਕਾਰਵਾਈ ਲਗਾਇਆ ਲੱਖਾਂ ਰੁਪਏ ਦਾ ਜੁਰਮਾਨਾ ਇਹ ਹੈ ਸਾਰਾ ਮਾਮਲਾ ਜੀ ਹਾਂ ਦੋਸਤੋ ਦੇਖਦੇ ਕੇਂਦਰੀ ਰਿਜ਼ਰਵ ਬੈਂਕ ਆਫ ਇੰਡੀਆ ਨੇ ਪੰਜਾਬ ਐਂਡ ਸਿੰਧ ਬੈਂਕ ਤੇ ਜੁਰਮਾਨਾ ਲਗਾਇਆ ਹੈ ਕਾਰਵਾਈ ਕਰਦੇ ਹੋਏ ਆਰਬੀਆਈ ਨੇ ਵਿਆਜ ਦੇ ਨਾਲ ਜੁੜੇ ਕਰ ਜਾਂਦੇ ਮਾਮਲੇ ਦੇ ਵਿੱਚ ਜਾਰੀ ਕੁਝ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਦੇ ਲਈ ਬੈਂਕ 'ਤੇ 27.5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਤੇ ਆਰਬੀਆਈ ਨੇ ਕੁਝ ਦਿਨ ਪਹਿਲਾਂ ਬੈਂਕ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਸੀ। ਇਸ ਦੇ ਨਾਲ ਹੀ ਹੁਣ ਆਰਬੀਆਈ ਨੇ ਦੱਸਿਆ ਹੈ ਕਿ ਪੰਜਾਬ ਐਂਡ ਸਿੰਧ ਬੈਂਕ 'ਤੇ ਕੁਝ ਉਦੋਸ਼ ਸਨ ਜੋ ਕਿ ਸਹੀ ਸਾਬਤ ਹੋ ਚੁੱਕੇ ਹਨ ਤੇ ਪੰਜਾਬ ਐਂਡ ਸਿੰਧ ਬੈਂਕ ਨੂੰ 27.5 ਲੱਖ ਦਾ ਜੁਰਮਾਨਾ ਲਗਾਇਆ ਗਿਆ ਹੈ।